ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਅੱਜ ਗਵਾਹ ਦੇ ਵੱਲੋਂ ਕੋਰਟ ਦੇ ਵਿੱਚ ਗਵਾਹੀ ਦਿੱਤੀ ਗਈ ਔਰ ਸਾਰੇ ਗੁਨਾਹਗਾਰਾਂ ਦੀ ਸ਼ਨਾਖਤ ਕੀਤੀ ਗਈ, ਪਰ ਨੁਕਸਾਨੀ ਗਈ ਥਾਰ ਤੇ ਇੱਕ ਪਿਸਟਲ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। ਗਵਾਹ ਗੁਰਪ੍ਰੀਤ ਸਿੰਘ, ਉਹ ਸ਼ਖਸ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਵੇਲੇ ਥਾਰ ਦੇ ਵਿੱਚ ਮੌਜੂਦ ਸੀ, ਉਹ ਵੀ ਜ਼ਖਮੀ ਹੋਇਆ। ਅੱਜ ਉਸਨੇ ਕੋਰਟ ਦੇ ਵਿੱਚ ਗਵਾਹੀ ਦਿੱਤੀ। ਹਾਲਾਂਕਿ ਕੋਰਟ ਦੇ ਵਿੱਚ ਨੁਕਸਾਨੀ ਗਈ ਥਾਰ ਤੇ ਇੱਕ ਪਿਸਤੌਲ ਨਹੀਂ ਲਿਆਂਦਾ ਗਿਆ, ਜਿਸ ਕਰਕੇ ਗਵਾਹੀ ਨੂੰ ਵਿੱਚੇ ਰੋਕ ਦਿੱਤਾ ਗਿਆ, ਪਰ ਉਹ ਗੁਨਾਹਗਾਰ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ, ਨੇੜੇ ਆ ਕੇ ਗੋਲੀਆਂ ਚਲਾਈਆਂ ਸੀ, ਅੱਜ ਉਹਨਾਂ ਦੀ ਸ਼ਨਾਖਤ ਹੋਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਅੱਜ ਇਸ ਮਾਮਲੇ ਦੀ ਸੁਣਵਾਈ ਹੋਈ, ਗਵਾਹ ਗੁਰਪ੍ਰੀਤ ਸਿੰਘ ਨੇ ਗਵਾਹੀ ਦਿੱਤੀ ਔਰ ਕੋਰਟ ਦੇ ਵਿੱਚ ਨੁਕਸਾਨੀ ਗਈ ਥਾਰ ਤੇ ਇੱਕ ਪਿਸਤੌਲ ਪੇਸ਼ ਨਹੀਂ ਕਰ ਸਕੇ, ਜਿਸ ਕਰਕੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। ਗੁਨਾਹਗਾਰ ਉਹ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ, ਉਸ ਤੇ ਗੋਲੀਆਂ ਚਲਾਈਆਂ ਸੀ, ਉਹਨਾਂ ਦੀ ਸ਼ਨਾਖਤ ਅੱਜ ਕੋਰਟ ਦੇ ਵਿੱਚ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਵਕੀਲ ਦੇ ਵੱਲੋਂ ਕੀ ਕਿਹਾ ਗਿਆ, ਤੁਸੀਂ ਵੀ ਸੁਣੋ। ਅੱਜ ਗੁਰਪ੍ਰੀਤ ਸਿੰਘ ਵਾਹ ਹਾਜ਼ਰ ਆਇਆ ਸੀਗਾ ਜੀ ਅਦਾਲਤ ਦੇ ਵਿੱਚ, ਅਤੇ ਅਦਾਲਤ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਦੇ ਨਾਮ ਉਹਨਾਂ ਨੇ ਆਪਦੇ ਬਿਆਨ ਦੇ ਵਿੱਚ ਲਏ ਸੀਗੇ, ਉਹ ਅੱਜ ਦੋਸ਼ੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ, ਅਤੇ ਅੱਜ ਉਹਨਾਂ ਦੀ ਸ਼ਨਾਖਤ ਕਰਵਾਈ ਗਈ ਹੈ ਜੀ ਉਹਦੇ ਤੋਂ। ਕੀ ਸ਼ਨਾਖਤ ਹੋਈ ਜੀ, ਕੀ ਕਿਹਾ? ਇਹ ਸ਼ਨਾਖਤ ਤਾਂ ਜੀ ਉਹਨਾਂ ਨੂੰ ਦੋਸ਼ੀਆਂ ਨੂੰ ਵਾਰੀ ਵਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ, ਅਤੇ ਉਹਨਾਂ ਨੇ ਸ਼ਨਾਖਤ ਕੀਤੀ ਹੈ ਵੀ ਇਹ ਵਿਅਕਤੀ ਮੌਕੇ ਤੇ ਹਾਜ਼ਰ ਸੀ। ਕਿਹੜੇ ਕਿਹੜੇ ਪੇਸ਼ ਹੋਏ ਸੀ ਅੱਜ ਜੀ? ਇੱਕ ਤਾਂ ਕੁਲਦੀਪ ਕਸ਼ਿਸ਼ ਪੇਸ਼ ਕੀਤਾ ਗਿਆ, ਸੰਦੀਪ ਕੇਕੜਾ ਪੇਸ਼ ਕੀਤਾ ਗਿਆ, ਅੰਕਿਤ ਸਿਰਸਾ, ਦੀਪਕ ਮੁੰਡੀ, ਕੇਸ਼ਵ, ਇਹ ਪੇਸ਼ ਕੀਤੇ ਗਏ ਜੀ। ਤਰੀਕ ਅਗਲੀ ਅਗਲੀ ਤਰੀਕ 13 ਨੂੰ ਮੁਕਰਰ ਕੀਤੀ ਹੈ ਜੀ ਪੇਸ਼। ਇਹ ਲਗਾਤਾਰ ਗਵਾਹੀ ਚੱਲ ਰਹੀ ਹੈ? ਲਗਾਤਾਰ ਮਤਲਬ ਜੀ ਗਵਾਹੀ ਦੋਹਾਂ ਦੀ ਚੱਲ ਰਹੀ ਕਿ ਸਿੱਧੂ ਦੇ ਪਿਤਾ ਦੀ ਗਵਾਹੀ? ਨਹੀਂ, ਅੱਜ ਕੱਲ੍ਹ ਗੁਰਪ੍ਰੀਤ ਸਿੰਘ ਗਵਾਹ ਹਾਜ਼ਰ ਆਇਆ ਸੀਗਾ ਜੀ, ਉਹ ਬਾਕੀ ਸਰਕਾਰ ਨੇ ਇਹ ਕਿਹਾ ਹੈਗਾ, ਪ੍ਰੋਸੀਕਿਊਸ਼ਨ ਅੰਤਰ ਨੇ ਵੀ ਉਹ ਬਾਕੀ ਗਵਾਹਾਂ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਹੋ ਸਕਿਆ ਸੀਗਾ, ਇਸ ਕਰਕੇ ਅੱਜ ਕੱਲ੍ਹ ਗੁਰਪ੍ਰੀਤ ਸਿੰਘ ਗਵਾਹ ਹਾਜ਼ਰ ਆਇਆ ਸੀਗਾ, ਇਹਦੀ ਗਵਾਹੀ ਹੈ ਜਿਹੜੀ ਉਹ ਪੂਰੀ ਨਹੀਂ ਹੋ ਸਕੀ, ਇਹਦੀ ਗਵਾਹੀ ਡੈਫਰ ਕੀਤੀ ਗਈ ਹੈ ਜੀ। ਕੀ ਕਾਰਨ ਕਰਕੇ ਡੈਫਰ ਹੋਈ ਹੈ ਜੀ? ਅੱਜ ਇੱਕ ਤਾਂ ਜੀ ਆਪਣਾ ਜਿਹੜਾ ਥਾਰ ਵਹੀਕਲ ਨਹੀਂ ਸੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਅਤੇ ਇੱਕ ਵੈਪਨ ਨਹੀਂ ਸੀ ਕੋਰਟ ਦੇ ਵਿੱਚ ਪੇਸ਼ ਕੀਤੇ ਗਏ, AK-47 ਵੈਪਨ ਹੈ, ਉਹ ਅੰਮ੍ਰਿਤਸਰ ਦੇ ਕਿਸੇ ਥਾਣੇ 'ਚ ਹੈ, ਉਹ ਮੰਗਵਾਇਆ ਕੋਰਟ ਨੇ ਨੈਕਸਟ ਟਾਈਮ ਆਈਡੈਂਟੀਫਿਕੇਸ਼ਨ ਵਾਸਤੇ। ਬਾਕੀ ਹਥਿਆਰ ਵਕੀਲ ਸਾਹਿਬ ਸਾਰੇ ਬਰਾਮਦ ਹੋ ਚੁੱਕੇ ਹੁਣ ਤੱਕ? ਸਰ ਬਾਕੀ ਵੱਖ ਵੱਖ ਥਾਣਿਆਂ 'ਚ ਬਰਾਮਦ ਕੀਤੇ ਗਏ, ਕੁਛ ਦਿੱਲੀ ਸਪੈਸ਼ਲ ਸੈੱਲ ਨੇ ਵੀ ਕੀਤੇ ਹੈ ਜੀ, ਕੁਛ ਕਿਸੇ ਵੱਖ ਵੱਖ ਹੋਰ ਪੰਜਾਬ ਦੇ ਥਾਣਿਆਂ 'ਚ ਬਰਾਮਦ ਹੋਏ ਹੈਗੇ, ਤਕਰੀਬਨ ਸਾਰੇ ਵੈਪਨ ਬਰਾਮਦ ਹੋ ਚੁੱਕੇ ਹੈ।